ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮਨ ਕੀ ਬਾਤ ਵਿਚ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਕਿ ਜਿਹੜੀ ਜਥੇਬੰਦੀ ਹੈ ਧਾਰਮਿਕ ਦਲ ਖਾਲਸਾ, ਇਹ ਐਕਚੁਅਲੀ ਧਾਰਮਿਕ ਨਹੀਂ ਹੈ, ਇਹ ਇੱਕ ਬਾਦਲਾਂ ਦੀ ਹੱਥ ਠੋਕੀ ਸਿਆਸੀ ਜਥੇਬੰਦੀ ਹੈ, ਜਿਹਨੂੰ ਜਿੱਥੋਂ ਪੈਸੇ ਮਿਲ ਜਾਣ ਇਹਨਾਂ ਦੀ ਬੋਲੀ ਬੋਲਣੀ ਹੁੰਦੀ ਹੈ। ਕਿਸੇ ਵੇਲੇ ਇਹ ਜਥੇਬੰਦੀ ਦੇ ਕੋਈ ਮੈਂਬਰਾਂ ਨੇ ਹਵਾਈ ਜਹਾਜ਼ ਅਗਵਾ ਕਰਕੇ ਨਾਮਣਾ ਖੱਟਿਆ ਸੀ, ਲੇਕਿਨ ਖਾਲੀ ਹਵਾਈ ਜਹਾਜ਼ ਅਗਵਾ ਕਰਨਾ ਇੱਕ ਇਮੋਸ਼ਨਲੀ ਘਟਨਾ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਇਹਨਾਂ ਲੋਕਾਂ ਦੇ ਅੰਦਰ ਵੀ ਸਿੱਖੀ ਹੋਵੇ। ਜਦੋਂ ਫਿਰ ਇਹ ਜੇਲ੍ਹ ਚਲੇ ਗਏ ਅਤੇ ਫਿਰ ਤੜਫਣ ਕੇ ਸਾਨੂੰ ਕੋਈ ਬਾਹਰ ਕੱਢੇ, ਪੁਰਾਣੇ ਸ਼ਹੀਦਾਂ ਦਾ ਜਜ਼ਬਾ ਕਿੱਥੋਂ ਆਵੇ? ਫਿਰ ਇਹਨਾਂ ਬਾਦਲਾਂ ਨਾਲ ਮੇਰੀਬੋਧ ਕਰਕੇ ਮਾਫ਼ੀਆਂ ਮੰਗ ਕੇ ਜੇਲ੍ਹ 'ਚ ਬਾਹਰ ਆਏ। ਹੁਣ ਕਦੀ ਕਦੀ ਕੋਈ ਮਾਰਚ ਕੱਢ ਲੈਣਾ ਅਤੇ ਕਦੇ ਕਦੇ ਉੱਪਰੋਂ ਉੱਪਰੋਂ ਧਰਮ ਦੀ ਗੱਲ ਕਰਨੀ, ਇਹਨਾਂ ਨੇ ਆਪਣਾ ਇੱਕ ਟਕਵਾਂਜਾ ਬਣਾ ਲਿਆ। ਪਿੱਛੇ ਜੇ ਫਿਲਮ ਰਿਲੀਜ਼ ਹੋਣੀ ਸੀ ਆਪਣਾ ਦਾਸਤਾਨੇ ਸਰਹੰਦ, ਜਿਹੜੀ ਕਿ ਐਨੀਮੇਸ਼ਨ ਫਿਲਮ ਸੀ, ਇਹਨਾਂ ਨੇ ਉਹਦੇ ਰਿਲੀਜ਼ 'ਚ ਰਿਕਾਰਡ ਪਾਈ, ਕਿਉਂਕਿ ਉਹ ਵੀ ਬਾਦਲਾਂ ਦੇ ਕਹਿਣ 'ਤੇ ਅੰਦਰ ਕੋਈ ਸਾਜਿਸ਼ ਘੁਲਦੀ ਹੈ ਕਿ ਅੰਦਰੋਂ ਬੰਦੇ ਆਰ ਐਸ ਐਸ ਦੇ ਨੇ। ਕੋਈ ਸਮਾਂ ਸੀ 400 ਜ਼ਿਆਦਾ ਫਿਲਮ ਰਿਲੀਜ਼ ਹੋਈ, ਜਿਹਨੇ ਕੇਵਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਸੰਸਾਰ ਦੀ ਹਿਊਮੈਨਿਟੀ ਵਿੱਚ ਜਜ਼ਬਾ ਪੈਦਾ ਕੀਤਾ ਸਿੱਖੀ ਬਾਰੇ। ਅਤੇ ਇਹਨਾਂ ਨਲਾਇਕਾਂ ਨੇ, ਜਿਹਨਾਂ ਨੂੰ ਗੁਰਮਤਿ ਸਿਧਾਂਤਾਂ ਦੀ ਸਮਝ ਹੀ ਨਹੀਂ, ਇਹਨਾਂ ਨੇ ਇਸ ਫਿਲਮ ਦੇ ਰਸਤੇ 'ਚ ਰਿਕਾਰਡ ਪਾਈ। ਅਤੇ ਹੁਣ ਜਦੋਂ ਮੋਦੀ ਨੇ ਸ਼ਰਾਰਤ ਕੀਤੀ ਹੈ ਵੀਰ ਬਾਲ ਦਿਵਸ ਦੀ ਸਿੱਖੀ ਨੂੰ ਕਮਜ਼ੋਰ ਕਰਨ ਵਾਸਤੇ, ਤਾਂ ਧਾਮੀ ਸਾਹਿਬ ਦਾ ਉਹਦਾ ਵਿਰੋਧ ਕਰਨਾ ਤਾਂ ਸਮਝ ਆਉਂਦਾ। ਅਤੇ ਇਹਨਾਂ ਦਾ ਕਹਿਣਾ ਕਿ ਜਿਹੜੇ ਉਸ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਨੇ, ਕਾਲਕਾ ਵਗੈਰਾ ਅਤੇ ਹੋਰ ਦਿੱਲੀ ਦੇ ਹੱਥ ਠੋਕੇ ਮੋਦੀ ਦੇ, ਉਹਨਾਂ ਨੂੰ ਅਕਾਲ ਦਾ ਤਲਬ ਕੀਤਾ ਜਾਏ। ਮੈਂ ਪੁੱਛਣਾ ਚਾਹੁੰਦਾ ਦਲ ਖਾਲਸਾ ਨੂੰ, ਅਕਾਲ ਦਾ ਸਾਹਿਬ ਤਲਬ ਕਰਨਾ ਤਾਂ ਗੱਲ ਜਚਦੀ ਹੈ। ਜਿਹੜਾ ਅਕਾਲ ਦਾ ਸਾਹਿਬ ਜਥੇਦਾਰ ਹੈ ਹਰਪ੍ਰੀਤ ਸਿੰਘ, ਇਹ ਤਾਂ ਖੁਦ ਮੋਦੀ ਦਾ ਬੰਦਾ, ਇਹ ਤਾਂ ਖੁਦ ਆਪਣਾ ਆਦਿਤਿਆ ਯੋਗੀਨਾਥ ਦਾ ਬੰਦਾ, ਇਹ ਖੁਦ ਮੋਦੀ ਨੂੰ ਸਨਮਾਨਿਤ ਕਰਨ ਵਾਲਾ ਬੰਦਾ, ਇਹ ਖੁਦ ਯੋਗੀ ਨੂੰ ਸਨਮਾਨਿਤ ਕਰਨ ਵਾਲਾ ਬੰਦਾ, ਇਸ ਲਈ ਇਹਨੂੰ ਜੈਡ ਸਿਕਿਉਰਿਟੀ ਮਿਲੀ ਹੈ। ਔਰ ਇਹਦੀ ਪਰਸਨਲ ਲਾਈਫ 'ਚ ਵੇਖੋ, ਹਰਪ੍ਰੀਤ ਸਿੰਘ ਦੀ ਗੱਲ ਗੱਲ ਮਾਂ ਭੈਣ ਦੀਆਂ ਗਾਲਾਂ ਕੱਢਦਾ, ਵਿਦਤਾ ਹੋਣੀ ਹੋਰ ਗੱਲ ਏ, ਜੀਵਨ ਹੋਣਾ ਹੋਰ ਗੱਲ ਏ। ਇਸ ਕਰਕੇ ਇਹਨੇ ਬਾਦਲਾਂ ਦੀ ਹਾਂ 'ਚ ਆਮ ਲਾਣੀ ਅਤੇ ਕਿਸੇ ਵੇਲੇ ਸਿੱਖੀ ਜਜ਼ਬੇ ਦੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਪਾਗਲ ਕਰ ਦੇਣਾ ਅਤੇ ਕਹਿਣਾ ਜੀ ਉੱਥੇ ਤਲਬ ਕਰੋ। ਸਿਆਲ ਤੋਂ ਪਹਿਲਾਂ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਓ, ਇਹ ਤੁਹਾਡੀ ਮੰਗ ਹੋਣੀ ਚਾਹੀਦੀ ਹੈ। ਫਿਰ ਬਾਦਲਾਂ ਨੂੰ ਕੋਈ ਮੂੰਹ ਨਾ ਲਾਵੇ, ਇਹ ਤੁਹਾਡੀ ਮੰਗ ਹੋਣੀ ਚਾਹੀਦੀ ਹੈ। ਧਾਮੀ ਸਾਹਿਬ ਠੀਕ ਨੇ, ਉਹਨਾਂ ਦੀ ਸਪੋਰਟ ਕਰੋ, ਇਸ ਸਰ ਪਿਆਰਿਓ, ਇਹ ਗੁਰਮਤ ਵਾਲੇ ਪਾਸੇ ਪਹਿਲਾਂ ਆਪ ਜੁੜ ਜਾਓ, ਫਿਰ ਕਿਸੇ ਨੂੰ ਜੋੜਿਓ। ਇਹ ਗੁਰਮ ਇਹ ਜਿਹੜੀ ਹੈ ਨਾ, ਤੁਸੀਂ ਸਿਆਸੀ ਖੇਡ ਚੁਣ ਲਈ, ਅਖਬਾਰਾਂ 'ਚ ਬਿਆਨਬਾਜ਼ੀ, ਪੈਸੇ ਦੇ ਕੇ ਖਬਰਾਂ ਲਾਉਣੀਆਂ, ਇਹਦੇ ਬਾਜ ਆਇਓ, ਕੌਮ ਦਾ ਨੁਕਸਾਨ ਨਾ ਕਰੋ। ਇਹ ਗੁਰਮਤ ਵਾਲਾ ਪਾਸਾ ਤੁਹਾਡੇ ਵਾਸਤੇ ਖੇਡ ਹੈ ਨਹੀਂ, ਕਿਉਂਕਿ ਇਹ ਵੱਡੀ ਭਗਤੀ ਦੀ ਲੋੜ ਹੈ ਤੁਹਾਨੂੰ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।